ਉੱਥੇ ਗੱਲ ਕਰੀਏ ਆਪਾਂ ਦੇਸੀ ਕਰੂ ਦੀ। ਕੋਈ ਵੀ ਪੰਜਾਬੀ ਗਾਣਾ ਜੇਕਰ ਦੇਸੀ ਕਰੂ ਵਿੱਚ ਨਾ ਹੋਵੇ ਤਾਂ ਉਹ ਅਧੂਰਾ ਹੀ ਲੱਗਦਾ ਹੈਗਾ। ਜਿਵੇਂ ਮੈਂ ਗੱਲ ਕੀਤੀ ਹੈ ਸੰਗੀਤ ਦੀ, ਤਾਂ ਸੰਗੀਤ ਦੇ ਵਿੱਚ ਜੇ ਪੰਜਾਬੀ ਦੀ ਗੱਲ ਨਾ ਹੋਵੇ ਉਹ ਅਧੂਰੀ ਲੱਗਦੀ ਹੈ, ਤਾਂ ਦੇਸੀ ਕਰੂ ਬਿਨਾਂ ਵੀ ਸੰਗੀਤ ਜਿਹੜਾ ਹੈਗਾ ਉਹ ਅਧੂਰਾ ਲੱਗਦਾ ਹੈਗਾ। ਪਰ ਇੱਕ ਸਮਾਈਲ ਜਿਹੜੀ ਸੀ ਤੁਹਾਡੇ ਫੇਸ ਦੇ ਉੱਤੇ ਸੀ ਜਦੋਂ ਮੈਂ ਸਵਾਲ ਪੁੱਛਿਆ ਸੀ ਕਿ ਗਾਇਕੀ ਸੌਖੀ ਹੋ ਗਈ ਹੈ ਕਿ ਔਖੀ ਹੋ ਗਈ ਹੈ, ਤਾਂ ਕੀ ਕਹਿਣਾ ਚਾਹੋਗੇ ਤੁਸੀਂ? ਉਹ ਸਮਾਈਲ ਤਾਂ ਆ ਗਈ ਸੀ ਵੀ ਉਹ ਸਾਡੇ ਕੋਲ ਜਿਹੜੇ ਜ਼ਿਆਦਾਤਰ ਸਿੰਗਰ ਆਉਂਦੇ ਆ ਉਹ ਬਸ ਬੋਲਦੇ ਹੁੰਦੇ ਆ ਭਾਜੀ, ਵੀ ਬਸ ਬਾਕੀ ਤੁਸੀਂ ਆਪੇ ਕਰ ਦਿਓ ਟੈਕਨੀਕਲੀ ਤਰੀਕੇ ਨਾਲ, ਅਤੇ ਕਾਫੀ ਹੱਦ ਤੱਕ ਨੇੜੇ ਲੱਗ ਗਈ ਗੱਲ। ਚਲੋ ਉਹ ਰੂਹਾਨੀਅਤ ਤਾਂ ਚਲੋ ਜੋ ਹੁੰਦਾ ਹੈ ਨਾ ਉਹ ਤਾਂ ਚਲੋ ਨਹੀਂ ਆਈ, ਬਟ ਜੋ ਲੋਕ ਚਾਹੁੰਦੇ ਆ, ਲੋਕ ਨੱਚਣਾ ਚਾਹੁੰਦੇ ਆ, ਲੋਕ ਸਿਰਫ ਇੰਜੋਏ ਕਰਨਾ ਚਾਹੁੰਦੇ ਆ, ਉਹਨਾਂ ਲਈ ਅਸੀਂ ਨੇੜੇ ਲਾ ਦਿੰਦੇ ਹਾਂ ਗੱਲ ਜੀ। ਜਿਵੇਂ ਵੈਸੇ ਦੇਖਿਆ ਅਕਸਰ ਗਾਣਿਆਂ ਦੇ ਵਿੱਚ ਵੀ ਜਾਂ ਕੋਈ ਵੀ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੱਤਾ ਜਿਹੜਾ ਹੈ ਉਹ ਅਕਸਰ ਚੁੱਪ ਰਹਿੰਦਾ ਹੈਗਾ, ਪਰ ਅੱਜ ਮੰਚ ਤੇ ਬੋਲਣਾ ਹੈਗਾ ਸੱਤੇ, ਅੱਜ ਨਹੀਂ ਚੁੱਪ ਰਹਿਣਾ। ਮੈਂ ਹਲੇ ਸੋਚ ਰਿਹਾ ਸੀ ਵੀ ਉੱਠ ਕੇ ਗੋਲਡੀ ਨੂੰ ਇੱਧਰ ਕਰ ਦਵਾਂ ਵੀ ਮੈਂ ਉੱਧਰ ਪੈ ਜਾਵਾਂ, ਇਹਦੇ ਬਾਅਦ ਇਹ ਕਹਿੰਦੇ ਗਲਤ ਪੈ ਗਿਆ। ਹਾਂਜੀ, ਤੁਸੀਂ ਕਿਵੇਂ ਸਮਝਦੇ ਹੈਗੇ ਹੋ ਕਿ ਗਾਇਕੀ ਜਿਹੜੀ ਹੈਗੀ ਆ ਉਹ ਸੌਖੀ ਹੋਈ ਹੈ ਕਿ ਔਖੀ ਹੋਈ? ਹਾਂਜੀ ਭਾਜੀ, ਮਤਲਬ ਕਿ ਸੌਖੀ ਤਾਂ ਹੋ ਗਈ ਆ, ਸਾਰਾ ਕੁਝ ਸੌਖਾ ਹੋ ਗਿਆ ਆ ਕਿਉਂਕਿ ਟੈਕਨੀਕ ਜਿਹੜੀ ਉਹ ਵੱਧਦੀ ਗਈ ਆ, ਇਕੱਲੀ ਗਾਇਕੀ ਨਹੀਂ ਸੌਖੀ ਹੋਈ, ਮਿਊਜ਼ਿਕ ਡਾਇਰੈਕਟਰ ਬਣਨੇ ਵੀ ਸੌਖੇ ਹੋ ਗਿਆ, ਵੀਡੀਓ ਵੀ ਬਣਨੀ ਸੌਖੀ ਹੋ ਗਈ ਆ, ਸਭ ਕੁਝ ਸੌਖਾ ਹੋ ਗਿਆ ਆ। ਭਾਜੀ ਦੇਖੋ ਜਿਹੜੇ ਵੇੜਿਆਂ 'ਚ ਭਾਜੀ ਨੇ, ਤੁਸੀਂ ਭਾਜੀ ਦੇਖੋ ਨਾ ਦੋ ਦੋ ਟਰੈਕ ਤੋਂ ਸ਼ੁਰੂ ਹੋਣਾ ਸਿਸਟਮ, ਉਦੋਂ ਦੋ ਟਰੈਕ ਸੀ, ਹੁਣ ਅਨਲਿਮਿਟਡ ਟਰੈਕ ਭਾਜੀ, ਕਿੱਡਾ ਸਿਸਟਮ ਕਰਤਾ ਟੈਕਨੋਲੋਜੀ ਨੇ ਭਾਜੀ। ਪਹਿਲਾਂ ਅਸੀਂ ਸੋਚ ਨਹੀਂ ਸਕਦੇ ਵੀ ਸਾਡੇ ਕੋਲ ਲਿਮਿਟਡ ਟਰੈਕ ਹੋਣਾ, ਆਪਾਂ ਕਿਵੇਂ ਮਿਊਜ਼ਿਕ ਬਣਾਵਾਂਗੇ ਨਾ ਉਹ, ਪਰ ਉਦੋਂ ਤਿਆਰੀਆਂ ਵੀ ਸੀ ਹੈ ਨਾ ਭਾਜੀ। ਜਿਵੇਂ ਹੁਣ ਉਦੋਂ ਕਹਿੰਦੇ ਸੀ ਅਸੀਂ ਜਿਹੜੇ ਮਿਊਜ਼ੀਸ਼ੀਅਨ ਹੁੰਦੇ ਸੀ, ਅਸੀਂ ਕਹਿੰਦੇ ਇੱਦਾਂ ਤਾਰ ਨੂੰ ਹੱਥ ਪਾ ਕੇ ਬਹਿੰਦੇ ਸੀ ਵੀ ਜੇ ਮੋਟੇ ਬੋਲਦੇ ਅਸੀਂ ਚੱਲੇ ਕੰਮ ਤਾਂ ਅਸੀਂ ਮਿਊਜ਼ੀਸ਼ੀਅਨਸ ਕੋਲ। ਹੁਣ ਸਾਰੇ ਮਿਊਜ਼ੀਸ਼ੀਅਨਸ ਉਸ ਲੈਵਲ ਦੇ ਕੰਮ ਨਹੀਂ ਰਿਹਾ ਹੈ ਨਾ ਜੀ, ਜੇ ਕੋਈ ਸਪੈਸ਼ਲ ਟਰੈਕ ਆਉਂਦਾ ਸਾਡੇ ਕੋਲ, ਕੋਈ ਕੰਪੀਟੀਸ਼ਨ ਇੱਦਾਂ ਦੀ ਆ ਗਈ, ਫਿਰ ਕਿਤੇ ਨਾ ਕਿਤੇ ਅਸੀਂ ਮਿਊਜ਼ੀਸ਼ੀਅਨਸ ਨੂੰ ਜਿਹੜੇ ਢੋਲ ਢੋਲ ਹੈ ਨਾ ਬਿਆਉਂਦੇ ਆ ਜੀ, ਉਹਨਾਂ ਨੂੰ ਫਿਰ ਬੁਲਾਈਦਾ, ਅਦਰਵਾਈਜ਼ ਸਾਰੇ ਲੂਪ ਸਿਸਟਮ ਚੱਲ ਰਿਹਾ, ਚੱਕ ਕੇ